ਸਲਾਈਡਿੰਗ ਜਿਹੜੇ ਹੈਗੇ ਰੂਮ ਬਣੇ ਹੋਏ ਆ ਸਾਰੇ ਜਿਹੜਾ ਇਹਦੀ ਇੱਕ ਚੀਜ਼ ਇਹ ਹੈ ਕਿ ਰਾਤੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਜਿਹੜਾ ਆਫ ਰਹਿੰਦਾ ਸਵਿਚ ਤੇ 820 ਰੁਪਏ ਇੱਕ ਜਣੇ ਦੇ 820 ਰੁਪਏ ਲੱਗੇ ਜੀ ਇਸ ਟਿਕਟ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਗੁਰਵਿੰਦਰ ਮੇਰੇ ਨਾਲ ਪ੍ਰਭ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਟ੍ਰੇਨ ਹਰ ਰੋਜ਼ ਚੱਲਦੀ ਹੈਗੀ ਅੰਮ੍ਰਿਤਸਰ ਤੋਂ ਸ਼੍ਰੀ ਹਜ਼ੂਰ ਸਾਹਿਬ ਲਈ ਗੱਡੀ ਨੰਬਰ ਜਿਹੜਾ ਹੈਗਾ 12716 ਹੈਗੀ ਹੈ ਹਰ ਰੋਜ਼ ਜਿਹੜੀ ਇਹ ਟ੍ਰੇਨ ਚੱਲਦੀ ਹੈਗੀ ਹੈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹਜ਼ੂਰ ਸਾਹਿਬ ਲਈ ਪਹੁੰਚਦੀ ਹੈਗੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸੀਟਾਂ ਬਾਰੇ ਕਿ ਕਿਸ ਤਰ੍ਹਾਂ ਦੀ ਸੀਟਾਂ ਹੁੰਦੀਆਂ ਨੇ ਫਸਟ ਕਲਾਸ ਦੀਆਂ ਸੈਕਿੰਡ ਕਲਾਸ ਦੀਆਂ ਥਰਡ ਕਲਾਸ ਦੀਆਂ ਈਵਨ ਜਨਰਲ ਦੀ ਵੀ ਤੁਹਾਨੂੰ ਡੱਬਾ ਦਿਖਾਵਾਂਗੇ ਕਿ ਕਿਵੇਂ ਦੀਆਂ ਹੁੰਦੀਆਂ ਨੇ ਤੇ ਕੀ ਚਾਰਜਸ ਨੇ ਇਹਦੇ ਬਾਰੇ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਬਣੇ ਰਹੋ ਜੀ ਵਲੌਗ ਦੇ ਵਿੱਚ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਏਸੀ ਫਸਟ ਟਾਇਰ ਦੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੀਟਾਂ ਹੁੰਦੀਆਂ ਟ੍ਰੇਨ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਕੈਬਿਨ ਬਣੇ ਆ ਏ ਬੀ ਸੀ ਡੀ ਈ ਐਫ ਇਹ ਸਾਰੇ ਲਿਖੇ ਹੋਏ ਆ 8-10 ਕੋ ਕੈਬਿਨ ਹੀ ਹੈ ਮਤਲਬ ਤੁਹਾਡਾ ਇੱਕ ਤਰ੍ਹਾਂ ਪਰਸਨਲ ਰੂਮ ਹੀ ਹੋ ਜਾਂਦਾ ਹੈ ਇਸ ਬੁਕਿੰਗ ਦੇ ਵਿੱਚ ਤੇ ਤੁਹਾਨੂੰ ਅੰਦਰ ਵਾਲਾ ਮਾਹੌਲ ਵੀ ਅਸੀਂ ਦਿਖਾਉਂਦੇ ਹਾਂ ਚੰਗੀ ਤਰ੍ਹਾਂ ਸਲਾਈਡਿੰਗ ਜਿਹੜੇ ਹੈਗੇ ਰੂਮ ਬਣੇ ਹੋਏ ਆ ਸਾਰੇ ਤੇ ਏ ਤੋਂ ਲੈ ਕੇ ਐਚ ਤਾਈ ਨੰਬਰਿੰਗ ਹੈ ਇਹਦੀ ਸਾਰਿਆਂ ਦੀ ਤੇ ਫਸਟ ਕਲਾਸ ਏ ਸੀ ਹੈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਪ੍ਰਭ ਨੇ ਤੁਹਾਨੂੰ ਤੇ ਆ ਜਾਓ ਤੁਹਾਨੂੰ ਐਂਟਰ ਕਰਾਉਣੇ ਅਸੀਂ ਕਮਰੇ ਦੇ ਵਿੱਚ ਤਾਂ ਜਿੱਦਾਂ 3 ਟਾਇਰ ਦੇ ਵਿੱਚ ਲੋਅਰ ਬਰਥ ਹੁੰਦਾ ਹੈਗਾ ਅਪਰ ਬਰਥ ਹੁੰਦਾ ਹੈਗਾ ਤਾਂ ਸੇਮ ਇਹਦੇ ਵਿੱਚ ਵੀ ਲੋਅਰ ਬਰਥ ਹੁੰਦਾ ਅਪਰ ਬਰਥ ਹੁੰਦਾ ਇਹਦੇ 'ਚ ਮਿਡਲ ਬਰਥ ਨਹੀਂ ਹੁੰਦਾ ਜਿਹੜਾ ਇਹਦੇ 'ਚ ਡਿਫਰੈਂਸ ਹੈ ਅਤੇ ਸੇਮ ਮਿਰਰ ਉੱਦਾਂ ਹੀ ਹੁੰਦਾ ਜਿੱਦਾਂ 3 ਟਾਇਰ 'ਚ ਹੁੰਦਾ ਹੈਗਾ ਉੱਦਾਂ ਹੀ ਇਹਦੇ ਵਿੱਚ ਵੀ ਹੈਗਾ ਗਾ ਅਤੇ ਜਿਹੜਾ ਹੈਗਾ ਮਤਲਬ ਕਿ ਜੇ ਤੁਸੀਂ ਫੈਮਿਲੀ ਨਾਲ ਆ ਰਹੇ ਹੋ ਨਾ ਤੁਸੀਂ ਆਪਦਾ ਖੁੱਲ੍ਹ ਕੇ ਗੱਲਾਂ ਬਾਤਾਂ ਕਰ ਸਕਦੇ ਹੋ ਇੱਥੇ ਆ ਕੇ ਆਪਦਾ ਇੰਜੋਏ ਕਰ ਸਕਦੇ ਹੋ ਕੁਛ ਖਾਣਾ ਪੀਣਾ ਕੁਛ ਵੀ ਕਿੱਦਾਂ ਦਾ ਵੀ ਹੈ ਨਾ ਇੱਕ ਤਰ੍ਹਾਂ ਦਾ ਪ੍ਰਾਈਵੇਟ ਰੂਮ ਹੋ ਜਾਂਦਾ ਤੁਹਾਡਾ ਕੈਬਿਨ ਹੈ ਇਹ ਲੌਕ ਹੋ ਗਿਆ ਹੁਣ ਤੁਹਾਨੂੰ ਇੱਥੇ ਕੋਈ ਛੇੜ ਨਹੀਂ ਸਕਦਾ ਪਰਦਾ ਲਾਣਾ ਪਰਦਾ ਲਾ ਲਓ ਪਰਦਾ ਰਿਮੂਵ ਕਰਨਾ ਰਿਮੂਵ ਕਰ ਲਓ ਹਨਾ ਤੁਸੀਂ ਲੌਕ ਕਰਕੇ ਵੀ ਰੱਖ ਸਕਦੇ ਹੋ ਜਿਹੜਾ ਕੁੰਡੀ ਲੱਗੀ ਹੋਈ ਹੈ ਤੁਹਾਨੂੰ ਕੋਈ ਵੀ ਕਹਿੰਦਾ ਮਤਲਬ ਸਿੰਗਲ ਪਰਸਨ ਤੁਹਾਨੂੰ ਛੇੜ ਖਾਨੀ ਤੁਹਾਡੇ ਨਾਲ ਨਹੀਂ ਕਰ ਸਕਦਾ ਤੇ ਇਹ ਜਿਹੜੀ ਹੈਗੀ ਆ ਰੇਲਵੇ ਸਟਾਫ ਵੱਲੋਂ ਫੈਸਿਲਿਟੀ ਪ੍ਰੋਵਾਈਡ ਕਰਾਈ ਗਈ ਹੈ ਸੇਮ ਬਾਕੀ ਫੈਸਿਲਿਟੀਆਂ ਸਾਰੀਆਂ ਸੇਮ ਹੀ ਹੈ ਮਿਰਰ ਵੀ ਹੈਗਾ ਇਹਦੀ ਪਰ ਥੋੜੀ ਟਿਕਟ ਜਿਹੜੀ ਜ਼ਿਆਦਾ ਹੈ ਕਿੰਨੀ ਬੁਕਿੰਗ ਹੋਈ ਹੈ ਸਰ ਤੁਹਾਡੀ ਕਿੰਨੇ ਦੀ ਹੋਈ ਹੈ ਟਿਕਟ ਕਿਤਨੀ ਦੀ ਬੁੱਕ ਹੋਈ ਹੈ ਬੜੇ ਆਪਕੋ ਮੇਰਾ 42 ਕਹਾਂ ਸੇ ਦਿੱਲੀ ਸੇ ਪਰਵਦੀ 4200 ਰੁਪਏ ਜੋ ਨਾਰਮਲ 3 ਟਾਇਰ ਕਾ ਉਤਨਾ ਉਸਕਾ ਕਿਤਨਾ ਚਾਰਜ ਹੈ ਉਸਕਾ 3 ਟਾਇਰ ਕਾ ਨਾਰਮਲ ਕਾ ਹੈ 700 ਰੁਪਏ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਰਮਲ ਕਲਾਸ ਦਾ ਚਾਰਜ ਤੇ ਏਸੀ ਫਸਟ ਕਲਾਸ ਦਾ ਚਾਰਜ ਜਿਹੜਾ ਹੈਗਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਜਿਵੇਂ ਤੁਸੀਂ ਮੰਨ ਲਓ ਲੁਧਿਆਣੇ ਤੋਂ ਅਸੀਂ ਜੇ ਆਈਏ ਤਾਂ ਨੰਦੇੜ ਸਾਹਿਬ ਤਾਂ 5000 ਤੁਹਾਡਾ ਲੱਗ ਜਾਏਗਾ 5055 ਹੋਣਾ 5055 ਤਾਂ ਇਹ ਹੈ ਇਹਦਾ ਮੇਨ ਲਗਜ਼ਰੀ ਲਾਈਫ ਸਟਾਈਲ ਹੈ ਤੁਹਾਨੂੰ ਕਹਿਣ ਦਾ ਮਤਲਬ ਕੋਈ ਦਿੱਕਤ ਨਹੀਂ ਹੈਗੀ ਇੱਧਰ ਬਾਥਰੂਮ ਬਣੇ ਹੋਏ ਆ ਪਿੱਛੇ ਇੱਧਰ ਵੀ ਬਾਥਰੂਮ ਬਣੇ ਹੋਏ ਆ ਤੇ ਇੱਕ ਦੇ ਵਿੱਚ ਜਿਹੜਾ ਮਤਲਬ ਕਿ ਚਾਰ ਚਾਰ ਜਣੇ ਬਹਿ ਸਕਦੇ ਚਾਰ ਜਣੇ ਇੱਧਰ ਚਾਰ ਜਣੇ ਉੱਧਰ ਦੋ ਲੋਅਰ ਬਰਥ ਤੇ ਦੋ ਅਪਰ ਬਰਥ ਤੇ ਦੋ ਇੱਧਰ ਲੋਅਰ ਬਰਥ ਤੇ ਦੋ ਇੱਧਰ ਲੇ ਅਪਰ ਬਰਥ ਤੇ ਮਤਲਬ ਫੈਮਿਲੀ ਚ ਜੇ 4 ਮੈਂਬਰ ਆ ਤੁਹਾਡੇ ਤਾਂ ਤੁਸੀਂ ਇਹ ਬੁਕਿੰਗ ਕਰਵਾ ਸਕਦੇ ਹੋ ਇਸ ਟਾਈਮ ਤੁਹਾਡੀ ਬਹੁਤ ਵਧੀਆ ਸੈਟਿੰਗ ਆ ਜਾਂਦੀ ਆ ਪੈਸੇ ਜ਼ਰੂਰ ਲੱਗਦੇ ਪਰ ਨਜ਼ਾਰਾ ਵੀ ਹੈ ਹਾਂ ਇਹ ਹੈ ਗੱਲ ਸਾਰੀ ਤੁਹਾਡਾ ਜਿਹੜਾ ਸਫ਼ਰ ਹੈ ਬਹੁਤ ਜਲਦੀ ਜਿਹੜਾ ਹੈਗਾ ਪੂਰਾ ਹੋ ਜਾਂਦਾ ਗੱਲਾਂ ਬਾਤਾਂ ਮਾਰਦੇ ਖਾਂਦੇ ਪੀਂਦੇ ਸੌਂਦੇ ਹਨ ਤੋਂ ਲੱਗਦਾ ਹੀ ਨਹੀਂ ਹੈਗਾ ਵੀ ਅਸੀਂ ਟ੍ਰੇਨ 'ਚ ਹੈਗੇ ਆ ਹਨਾ ਇੱਕ ਸਪੈਸ਼ਲ ਹੈ ਨਾਲੇ ਵੀ ਕੈਂਪ ਜੇ ਤੇ ਆਏ ਹੋਏ ਕਿਤੇ ਹਨਾ ਹਾਂਜੀ ਕੁਝ ਵੱਖਰੀ ਫੀਲਿੰਗ ਹੀ ਆਉਂਦੀ ਹੈ ਕਹਿੰਦਾ ਮਤਲਬ ਹਾਂਜੀ ਸੋ ਇਹ ਸੀਗਾ AC1 ਦਾ ਭਰਪੂਰ ਜਾਣਕਾਰੀ ਆਇਆ ਜੀ AC2 ਟਾਇਰ ਇਹਦੇ ਵਿੱਚ ਥਰਡ ਨਾਲੋਂ ਡਿਫਰੈਂਸ ਇਹ ਹੈ ਕਿ ਇਹਦੇ ਵਿੱਚ ਕਰਟਨਸ ਲੱਗੇ ਆ ਤੇ ਫਸਟ ਦੇ ਵਿੱਚ ਕੈਬਿਨ ਬਣਿਆ ਹੁੰਦਾ ਉੱਥੇ ਸ਼ੀਸ਼ੇ ਵਾਲਾ ਗੇਟ ਹੁੰਦਾ ਤੁਸੀਂ ਦੇਖਿਆ ਇਹਦੇ ਵਿੱਚ ਕਰਟਨਸ ਲੱਗੇ ਆ ਇਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਪ੍ਰਾਈਵੇਸੀ ਹੈ ਤੁਹਾਡੀ ਤੇ ਇਨਸਾਈਡ ਦਿਖਾਉਂਦੇ ਹਾਂ ਤੁਹਾਨੂੰ ਹਾਂਜੀ ਹੁਣ ਤੁਹਾਨੂੰ ਅੰਦਰ ਦਾ ਵੀ ਵਿਊ ਦਿਖਾਉਂਦੇ ਹਾਂ AC ਸੈਕਿੰਡ ਟਾਇਰ ਦੇ ਜਿਹੜਾ ਕੈਬਿਨ ਟਾਈਪ ਬਣਿਆ ਹੋਇਆ ਹਾਂਜੀ ਇਸ ਵਕਤ ਆਪਾਂ ਹੈਗੇ ਆ ਮੌਜੂਦ AC ਟਾਇਰ 2 ਦੇ ਵਿੱਚ AC ਤੇ ਸੱਚਖੰਡ ਐਕਸਪ੍ਰੈਸ ਦਾ ਤੇ ਜੇ ਤਾਂ ਆਪਾਂ ਨਾਰਮਲੀ ਬੈਠਣਾ ਹੈਗਾ ਫਿਰ ਤਾਂ ਜਿੱਦਾਂ ਹੁਣ ਮੈਂ ਬੈਠਾ ਹੈਗਾ ਇੱਦਾਂ ਬੈਠ ਸਕਦੇ ਹੈਗੇ ਜੇ ਆਪਾਂ ਸੋਣਾ ਤਾਂ ਇਹਨੂੰ ਡਬਲ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਜਿਵੇਂ ਆਹ ਚੀਜ਼ ਹੈ ਜੇ ਤਾਂ ਤੁਸੀਂ ਬੈਠਣਾ ਜਸਟ ਬੈਠਣਾ ਹੀ ਹੈ ਇਕੱਲਾ ਤਾਂ ਥੱਲੇ ਬੈਠ ਸਕਦੇ ਹੋ ਉਹਨੂੰ ਉਹਦੇ ਨਾਲ ਫੋਲਡ ਹੋ ਜਾਂਦਾ ਉਹ ਤੇ ਮਤਲਬ ਪਿੱਛੇ ਤੁਹਾਡੀ ਢੋਈ ਢੋਲ ਲੱਗ ਜਾਂਦੀ ਹੈਗੀ ਹੈ ਕੰਫਰਟੇਬਲੀ ਜੇ ਤੁਸੀਂ ਸੋਣਾ ਤਾਂ ਇਹਨੂੰ ਤੁਸੀਂ
ਕੀ ਹੈਗਾ ਡਬਲ ਕਰ ਸਕਦੇ ਹੋ ਤੇ ਤੁਸੀਂ ਵਧੀਆ ਰਿਲੈਕਸ ਫੀਲ ਕਰ ਸਕਦੇ ਹੋ। ਇਹਦੇ ਵਿੱਚ ਜਿਹੜਾ ਹੈਗਾ ਥਰਡ ਕਲਾਸ ਜਿਵੇਂ ਮਿਡਲ ਬਰਥ ਹੁੰਦਾ ਹੈਗਾ, ਇਹਦੇ ਵਿੱਚ ਮਿਡਲ ਬਰਥ ਨਹੀਂ ਹੈਗਾ ਗਾ, ਇਹਦੇ ਵਿੱਚ ਲੋਅਰ ਬਰਥ ਹੀ ਹੈ ਤੇ ਅਪਰ ਬਰਥ ਹੀ ਹੈ। ਤੇ ਉੱਦਾਂ ਹੀ ਇਹਦੀ ਸੇਮ ਕੈਟਾਗਰੀ ਹੁੰਦੀ ਹੈ, ਤਿੰਨ ਸੀਟਾਂ ਹੁੰਦੀਆਂ ਥੱਲੇ ਤੇ ਤਿੰਨ ਉੱਪਰ ਜਿਹੜੀ ਹੈਗੀ ਹੈ ਇੱਕ ਹੀ ਸੀਟ ਹੈਗੀ ਹੈ। ਤੇ ਇਹਨੂੰ ਤੁਸੀਂ ਜਿਹੜਾ ਤੁਹਾਨੂੰ ਕੋਈ ਡਿਸਟਰਬ ਵਗੈਰਾ ਨਹੀਂ ਕਰਦਾ, ਤੁਸੀਂ ਕਰਟਨ ਲਗਾ ਸਕਦੇ ਹੈਗੇ ਹੋ ਤੇ ਇੱਧਰਲਾ ਬਾਹਰਲਾ ਵਿਊ ਆ ਗਿਆ ਤੁਸੀਂ। ਬਾਕੀ ਸਾਰੀਆਂ ਚੀਜ਼ਾਂ ਸੇਮ ਨੇ, ਮਿਰਰ ਹੈ, ਸਾਰਾ ਕੁਛ ਸੇਮ ਹੈ ਥ੍ਰੀ ਟਾਇਰ ਦੇ ਨਾਲ। ਅਤੇ ਬਸ ਇਹਦੀ ਜਿਹੜੀਆਂ ਸੀਟਾਂ ਥੋੜ੍ਹੀਆਂ ਜਿਹੀਆਂ ਕੰਫਰਟ ਹੋਰ ਹੈ ਥ੍ਰੀ ਟਾਇਰ ਨਾਲੋਂ। ਅਤੇ ਚਾਰਜਸ ਜਿਹੜੇ ਇਹਦੇ ਰਹਿ ਜਾਂਦੇ ਹੈਗੇ 3,000 ਰੁਪਏ ਪੈਂਦੇ ਹੈਗੇ ਆ ਜਦੋਂ ਆਪਾਂ ਲੁਧਿਆਣੇ ਤੋਂ ਚੱਲਦੇ ਹੈਗੇ ਹਾਂ ਹਜ਼ੂਰ ਸਾਹਿਬ ਨੂੰ। ਤਾਂ ਜਿਹੜਾ ਫਸਟ ਕਲਾਸ ਏ ਸੀ ਹੈ ਉਹਦੇ 5,000 ਦਾ ਪੈ ਜਾਂਦਾ ਚਾਰਜਸ, ਅਤੇ ਜਿਹੜੇ ਥਰਡ ਕਲਾਸ ਟਾਇਰ ਦੇ ਹੈਗੇ ਉਹਦੇ 2,000 ਰੁਪਏ ਚਾਰਜਸ ਹੈਗੇ, 2,000 ਤੋਂ 2,200। ਤਾਂ ਇਹ ਜਿਹੜੇ ਹੈਗੇ ਆ ਥੋੜ੍ਹੇ ਥੋੜ੍ਹੇ ਡਿਫਰੈਂਸ ਹੈ ਜਿਹੜੇ ਬਾਰੇ, ਜਿਨ੍ਹਾਂ ਬਾਰੇ ਆਪਾਂ ਨੂੰ ਨਹੀਂ ਪਤਾ, ਕਿਉਂਕਿ ਬਹੁਤ ਲੋਕਾਂ ਦੇ ਸਾਨੂੰ ਮੈਸੇਜ ਆਉਂਦੇ ਆ, ਕਾਲਸ ਆਉਂਦੀਆਂ, ਕੁਐਰੀਆਂ ਆਉਂਦੀਆਂ, ਵੀ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਜ਼ਰੂਰ ਦੱਸੋ ਵੀ ਕੀ ਡਿਫਰੈਂਸ ਹੈਗਾ ਥ੍ਰੀ ਟਾਇਰ ਦਾ, 2 ਟਾਇਰ ਦਾ, ਫਸਟ ਟਾਇਰ ਦਾ। ਤਾਂ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਵੀ ਖੱਜਲ ਖੁਆਰੀ ਨਾ ਹੋਵੇ ਸੰਗਤ ਦੀ, ਅਤੇ ਕਿਉਂਕਿ ਉਹ ਯਾਤਰਾ 'ਤੇ ਜਾਂਦੇ ਹੈ ਨਾ, ਦੂਰੋਂ ਦੂਰੋਂ ਆਉਂਦੇ ਆ, ਤਾਂ ਉਹਨਾਂ ਨੂੰ ਪਤਾ ਹੋਏਗਾ ਪਹਿਲਾਂ ਇਹ ਗੱਲਾਂ, ਤਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆ ਸਕਦੀ, ਕਿਉਂਕਿ ਪਰਿਵਾਰ ਦੇ ਨਾਲ ਆਉਂਦਾ ਹੈ ਨਾ ਹਰ ਅਗਲਾ, ਅਤੇ ਤਾਂ ਆਪਣੀ ਯਾਤਰਾ ਦਾ ਵਧੀਆ ਆਨੰਦ ਮਾਣ ਸਕਦਾ ਉਹ। ਹਾਂਜੀ, ਇਹ ਹੈ ਜੀ ਏਸੀ 3 ਟਾਇਰ। ਇਹਦੇ ਵਿੱਚ ਜਿਹੜੀ 2 ਨਾਲੋਂ ਡਿਫਰੈਂਸ ਇਹ ਹੈ ਕਿ ਇਹਦੇ ਵਿੱਚ ਕਰਟਨਸ ਨਹੀਂ ਲੱਗੇ ਹੁੰਦੇ, ਬਾਕੀ ਸੇਮ ਹੀ ਹੁੰਦੀ ਹੈ 2 ਦੀ ਤਰ੍ਹਾਂ, ਏਸੀ 2 ਟਾਇਰ ਦੀ ਤਰ੍ਹਾਂ। ਅਤੇ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦੀਆਂ ਸੀਟਾਂ ਨੇ ਇਹਦੀਆਂ। ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਆਪਾਂ ਯਾਤਰਾ 'ਤੇ ਚੱਲੇ ਹੈ ਨਾ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ, ਅਤੇ ਸੀਟਾਂ ਆਪਣੀਆਂ ਬੁੱਕ ਸੀਗੀਆਂ ਏਸੀ 3rd ਕਲਾਸ ਦੀਆਂ। ਅਤੇ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹੁੰਦਾ ਹੈਗਾ ਵੀ ਜਿਹੜਾ ਸੀਟਾਂ ਦੀ ਡਿਵਾਈਡੇਸ਼ਨ ਕਿੱਦਾਂ ਹੁੰਦੀ ਆ। ਅਤੇ ਜਿਵੇਂ ਇਹ ਆ ਗਈ ਲੋਅਰ ਬਰਥ ਆ ਗਈ ਹੈ ਨਾ, ਅਤੇ ਇਹਨੂੰ ਮਿਡਲ ਬਰਥ ਕਹਿੰਦੇ ਨੇ, ਇਹ ਅਪਰ ਬਰਥ ਆ ਗਈ। ਅਤੇ ਦਿਨ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ ਉੱਧਰ, ਬਈ ਜਿਹੜਾ ਹੈਗਾ ਦਿਨ ਦੇ ਟਾਈਮ ਸਾਰੇ 3 ਪੈਸੰਜਰ ਥੱਲੇ ਬੈਠ ਜਾਂਦੇ ਆ। ਇਹ ਆ ਗਈ ਸਾਈਡ ਲੋਅਰ, ਅਤੇ ਜਿਹੜਾ ਹੈਗਾ ਸਾਈਡ ਅਪਰ ਆ ਗਿਆ। 5 ਤਰ੍ਹਾਂ ਦੀ ਜਿਹੜੀ ਸੀਟਾਂ ਦੀ ਕੈਟਾਗਰਾਈਜੇਸ਼ਨ ਕੀਤੀ ਹੋਈ ਹੈ ਰੇਲਵੇ ਡਿਪਾਰਟਮੈਂਟ ਨੇ। ਅਤੇ ਜੇ ਆਪਾਂ ਗੱਲ ਕਰੀਏ ਚਾਰਜਸ ਦੀ, ਤਾਂ ਜਿਹੜੇ ਹੈਗੇ ਆ ਚਾਰਜਰ ਦੇ ਸੀ 3 ਕਲਾਸ ਦੇ ਜਿਹੜੇ ਹੈਗੇ ਆ 2,000 ਤੋਂ ਲੈ ਕੇ 2,200 ਦੇ ਵਿੱਚ ਰਹਿ ਜਾਂਦੇ ਹੈਗੇ। ਲੁਧਿਆਣੇ ਤੋਂ ਨੰਦੇੜ ਸਾਹਿਬ ਦੇ ਚਾਰਜਸ ਹੈਗੇ ਨੇ, ਜੇ ਤੁਸੀਂ ਪਿੱਛੋਂ ਅੰਮ੍ਰਿਤਸਰ ਤੋਂ ਆ ਰਹੇ ਹੋ ਤਾਂ 2,500 ਹੋ ਜਾਂਦਾ ਨੀਅਰ ਅਬਾਊਟ। ਤਾਂ ਲੁਧਿਆਣੇ ਤੋਂ ਜਿਹੜੇ ਚਾਰਜਸ ਨੇ ਇਹ ਹੈਗੇ 2,200 ਤੋਂ 2,200 ਦੇ ਵਿੱਚ ਰਹਿ ਜਾਂਦੇ ਨੇ। ਸੌਕਟ ਦੀ ਫੈਸਿਲਿਟੀ ਵੀ ਆਪਾਂ ਨੂੰ ਪ੍ਰੋਵਾਈਡ ਕਰਾਈ ਗਈ ਹੈ ਇਹਦੇ ਵਿੱਚ, ਅਤੇ ਤੁਸੀਂ ਦੇਖ ਸਕਦੇ ਹੋ ਵੀ ਇੱਧਰਲੀ ਲੈਫਟ ਸਾਈਡ ਵੀ ਆਪਣੇ ਸੌਕਟ ਪ੍ਰੋਵਾਈਡ ਹੈ ਜਿੱਥੇ ਰਾਈਟ ਵੀ ਹੈਗਾ, ਅਤੇ ਜਿੱਥੇ ਆਪਾਂ ਆਪਣੇ ਮੋਬਾਈਲ ਹੋ ਗਏ, ਲੈਪਟੋਪ ਹੋ ਗਏ ਚਾਰਜ ਕਰ ਸਕਦੇ ਹਾਂ। ਅਤੇ ਜੇ ਗੱਲ ਕਰੀਏ ਆਪਾਂ ਉੱਧਰ ਸਾਈਡ ਲੋਅਰ ਦੀ, ਸਾਈਡ ਅਪਰ ਦੀ, ਉੱਧਰ ਵੀ ਸੇਮ ਇਹੀ ਫੈਸਿਲਿਟੀ ਜਿਹੜੀ ਹੈਗੀ ਹੈ ਦਿੱਤੀ ਗਈ ਹੈਗੀ ਹੈ। ਜਿਹੜਾ ਇਹਦੀ ਇੱਕ ਚੀਜ਼ ਇਹ ਹੈ ਕਿ ਰਾਤੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਜਿਹੜਾ ਆਫ ਰਹਿੰਦਾ, ਸਵਿਚ ਆਫ, ਉਦੋਂ ਨਹੀਂ ਤੁਸੀਂ ਚਾਰਜ ਕਰ ਸਕਦੇ। ਇਹ ਕੰਡੀਸ਼ਨ ਹੈ ਡਿਊ ਟੂ ਪਾਲਿਸੀ ਉਹਨਾਂ ਦੀ ਹੈ ਨਾ, ਕਿਉਂਕਿ ਏਸੀ ਟਾਇਰ ਹੈਗਾ ਹੈ, ਤਾਂ ਕਰਕੇ ਉਹਨਾਂ ਨੇ ਥੋੜ੍ਹੀ ਰਿਸਟ੍ਰਿਕਸ਼ਨ ਲਗਾਈ ਗਈ ਹੈ ਇਹਦੇ ਵਿੱਚ, ਅਤੇ ਆਪਾਂ ਨੂੰ ਫੋਲੋ ਕਰਨੀ ਪੈਂਦੀ ਹੈ। ਕਹਿਣ ਦਾ ਮਤਲਬ ਜਨਰਲ ਕਲਾਸ ਜਿਹਦਾ 700 ਰੁਪਇਆ ਕਿਰਾਇਆ ਹੈ। ਆਪਾਂ ਏਸੀ ਟਾਇਰ 1, 2, 3 ਤਾਂ ਦੇਖ ਲਏ, ਹੁਣ ਤੁਸੀਂ ਜਨਰਲ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜੀਆਂ ਸੀਟਸ ਹੁੰਦੀਆਂ ਉਹ ਰਿਜ਼ਰਵ ਤਾਂ ਹੁੰਦੀਆਂ, ਬਟ ਰਸ਼ ਬਹੁਤ ਹੁੰਦਾ ਇਹਦੇ ਵਿੱਚ, ਮਤਲਬ ਕੋਈ ਪ੍ਰਾਈਵੇਸੀ ਨਹੀਂ ਹੈ ਤੁਹਾਡੀ ਇਹਦਾ ਸੀਟਾਂ ਦਾ। ਇਹ ਹੈਗੀ ਜਨਰਲ ਕਲਾਸ, ਜਿਹੜੀ ਆਪਾਂ ਸਲਿੱਪਰ ਕਲਾਸ ਜਿਹਨੂੰ ਕਹਿ ਦਿੰਦੇ ਹੈਗੇ ਆ, ਤਾਂ ਇਹਦੇ ਵਿੱਚ ਜਿਹੜਾ ਹੈਗਾ ਏਸੀ ਨਹੀਂ ਹੈਗਾ ਗਾ, ਜਨਰਲ ਆ, ਮਤਲਬ ਕਿ ਸਲਿੱਪਰ ਹੈ। ਤਾਂ ਇਹਦੇ ਵਿੱਚ ਵੀ ਲੋਅਰ ਬਰਥ ਹੈ ਸੇਮ ਐਜ਼ ਇਟ ਇਜ਼, ਜਿਵੇਂ ਆਪਾਂ ਉੱਧਰ ਦੇਖ ਕੇ ਆਏ ਹੈਗੇ ਆ, ਪਿੱਛੇ ਮਿਡਲ ਬਰਥ ਹੁੰਦਾ, ਅਪਰ ਬਰਥ ਹੁੰਦਾ। ਤਾਂ ਦਿਨ ਦੇ ਟਾਈਮ ਜਿਹੜਾ ਹੈਗਾ 3 ਸੀਟਾਂ ਵਾਲੇ ਥੱਲੇ ਬੈਠ ਸਕਦੇ ਆ, ਤਾਂ ਜਦੋਂ ਸੋਣਾ ਹੈਗਾ ਉਦੋਂ ਡਿਵਾਈਡੇਸ਼ਨ ਹੋ ਜਾਂਦੀ ਹੈ, ਉੱਦਾਂ ਹੀ ਜਿੱਦਾਂ ਲੋਅਰ, ਮਿਡਲ ਤੇ ਅਪਰ ਦੀ। ਉੱਦਾਂ ਹੀ ਮਿਰਰ ਲੱਗਿਆ, ਤੁਸੀਂ ਦੇਖ ਸਕਦੇ ਹੋ। ਤੇ ਇਹਦੀ ਥੋੜੀ ਟਿਕਟ ਜਿਹੜੀ ਆ ਉਹ ਘੱਟ ਹੁੰਦੀ ਆ। ਅੰਕਲ ਜੀ ਕਿੰਨੀ ਟਿਕਟ ਲੱਗੀ ਆ ਇਹਦੀ ਜਨਰਲ ਲੱਗੇ? ਕਿੱਥੋਂ ਆਏ ਹੋ ਜੀ ਤੁਸੀਂ? ਅੰਮ੍ਰਿਤਸਰ ਤੋਂ ਆਏ ਹਾਂ। ਕਿੰਨੇ ਰੁਪਏ ਕਿਰਾਇਆ ਲੱਗਿਆ ਹਜ਼ੂਰ ਸਾਹਿਬ ਚੱਲੇ ਹੋ ਜੀ? ਕਿੰਨੇ ਚਾਰਜਸ ਆ ਜੀ ਇਹਦੇ? 820 ਰੁਪਏ, ਇੱਕ ਜਣੇ ਦੇ 820 ਰੁਪਏ ਲੱਗੇ ਆ ਜੀ ਇਸ ਟਿਕਟ ਦੇ। ਤੇ ਜੇ ਆਪਾਂ ਗੱਲ ਕਰੀਏ 3rd ਕਲਾਸ ਦੀ ਤਾਂ 2500 ਰੁਪਏ ਲੱਗ ਜਾਂਦੇ ਹੈਗੇ ਅੰਮ੍ਰਿਤਸਰ ਤੋਂ। ਤੇ ਜਿਹੜਾ ਹੈਗਾ ਏਸੀ 3rd ਕਲਾਸ ਦੇ ਤੇ
ਸੈਕਿੰਡ ਦੇ ਜਿਹੜੇ ਹੈਗੇ 2500 ਲੱਗ 3500 ਲਾ ਕੇ ਜਾਂਦੇ ਆ, ਤੇ ਜਿਹੜਾ ਫਸਟ ਕਲਾਸ ਆ 5500 ਕਲਾਸ ਦਾ ਸਿੰਗਲ ਜਰਨੀ ਦਾ, ਇਹ ਸਿੰਗਲ ਜਰਨੀ ਦੇ ਆ ਸਾਰੇ ਚਾਰਜਸ ਦਾ। ਇੱਥੇ ਮੈਂ ਗੱਲ ਤੁਹਾਨੂੰ ਧਿਆਨ ਦਿਵਾਉਣੀ ਚਾਹੁੰਦਾ ਗਾ, ਤਾਂ ਸੇਮ ਉੱਦਾਂ ਹੀ ਇੱਧਰ ਵੀ ਜਿਹੜਾ ਹੈਗਾ ਗਾ ਸਾਈਡ ਲੋਅਰ ਹੈ ਤੇ ਸਾਈਡ ਅਪਰ ਹੈਗਾ, ਜਿੱਦਾਂ ਆਪਾਂ ਪਿੱਛੇ ਦੇਖ ਕੇ ਆਏ ਆ ਇਹ ਵੀ ਸਾਈਡ ਲੋਅਰ ਹੈ ਤੇ ਸਾਈਡ ਅਪਰ ਹੈ। ਐਜ਼ ਇਟ ਇਜ਼ ਆ ਬਸ ਏਸੀ ਟਾਇਰ ਥਰਡ ਦੀ ਤਰ੍ਹਾਂ, ਬਟ ਇਹਦੇ ਵਿੱਚ ਏਸੀ ਨਹੀਂ ਹੈ, ਬਸ ਕਲਾਸ ਦੀ ਕੈਟਾਗਰੀ ਦਾ ਫਰਕ ਹੈ ਸਾਰਾ। ਹਾਂ